ਸਰਕਾਰ ਹਜੇ ਐਮਐਸਪੀ ਤੇ ਕੁਝ ਕਰਨ ਨੂੰ ਯਾਨੀ ਤਿਆਰ ਨਹੀਂ ਹੈ ਸਿਰਫ ਕਮੇਟੀ ਬਣਾਉਣ ਦੀ ਤਿਆਰ ਤੇ ਮੈਨੂੰ ਇਹ ਦੱਸੋ ਕਿ ਇਹੋ ਜੀ ਮਤਲਬ ਇਹੋ ਜਾਂ ਕੀ ਹੋ ਗਿਆ ਇਹੋ ਜੇ ਕਿੰਨੀਆਂ ਕੀ ਕਿੜੀਆਂ ਮੰਗਾਂ ਹੈ ਜਿਹੜੇ ਕਿ ਅਧਿਆਪਕ ਹੁਣ ਮਰਨ ਤੇ ਆ ਗਏ ਆ ਆਮ ਆਦਮੀ ਪਾਰਟੀ ਦਿੱਲੀ ਦਾ ਮਾਡਲ ਲੈ ਕੇ ਪੰਜਾਬ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਜਦੋਂ ਕਿ ਉਹ ਕਿੰਨੀ ਕੀ ਸਫਲ ہوئی ਪਿਛੇ ਚੋਣਵਾਂ ਜਦੋਂ ਕਿ ਪਹਿਲਾਂ ਦੀ ਹਵਾ ਮੰਨੀ ਜਾਂਦੀ ਸੀ ਪਰ ਹੁਣ ਇਹ ਮੁੱਦਿਆਂ ਨੂੰ ਲੈ ਕੇ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਦਿੱਲੀ ਦਾ ਮਾਡਲ ਦਿਖਾ ਕੇ ਇੱਥੇ ਆਉਣਾ ਚਾਹੁੰਦੇ ਆ ਪਰ ਗੱਲ ਜੇ ਕਰੀ ਅੱਪਾ ਕਿ ਚੰਨੀ ਸਰਕਾਰ ਨੇ ਕਿਹਾ ਸੀ 36000 ਅਧਿਆਪਕ ਪੱਕੇ ਹੋ ਜੰਗੇ ਐਲਾਨ ਕੀਤਾ ਸੀ ਉਹਨਾਂ ਨੇ ਜੀ ਲੇਕਿਨ ਉਹ ਐਲਾਨ ਹੈਗਾ ਕਿੱਥੇ ਮੈਨੂੰ ਲੱਗਦਾ ਚੰਨੀ ਸਰਕਾਰ ਜਿੱਥੇ ਪਹਿਲਾਂ ਉਹ ਥੋੜਾ ਜਿਹਾ ਦਬਾਉਂਦੀ ਆ ਰਹੇ ਸੀ ਜਾਂ ਸੋਚ ਰਹੀ ਸੀ ਜਾਂ ਸਮਝ ਰਹੀ ਸੀ ਵੀ ਕਿਵੇਂ ਕਰੀਏ ਕਾਰਵਾਈ ਕਿਉਂਕਿ ਪਿਛਲੇ 15 ਸਾਲਾਂ ਚ ਕੁਝ ਨਹੀਂ ਹੋਇਆ ਤਾਂ ਹੁਣ ਕੀ ਹੋਣਾ ਹੈ ਹੁਣ ਕੀ ਮਸਲਾ ਹੋ ਗਿਆ ਕਿ ਹਰੀਸ਼ ਚੌਧਰੀ ਜੀ ਹੀ ਕੈਪਟਨ ਦੇ ਮਤਲਬ ਹਮਲੇਆ ਦੇ ਵਿੱਚ ਆ ਗਏ ਨੇ ਕੈਪਟਨ ਜਿਹੜਾ ਵੀ ਦੋਸ਼ ਲਗਾਇਆ ਜਾਂਦਾ ਉਹਨਾਂ ਤੇ ਉਸੇ ਨੂੰ ਹਥਿਆਰ ਬਣਾ ਕੇ ਸਾਹਮਣੇ ਆਉਂਦੇ ਆ ਤੇ ਗੱਲ ਕਰੀਏ ਜੇ ਕਾਲੀ ਦਲ ਦੀ ਤੇ ਅਕਾਲੀ ਦਲ ਨੇ ਆ ਚੰਡੀਗੜ੍ਹ ਚ ਸੀਐਮ ਹਾਊਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ। ਉਸ ਤੋਂ ਬਾਅਦ ਕੱਲ ਇਹੋ ਜਾਂ ਕੋਰ ਕਮੇਟੀ ਚ ਕੀ ਫੈਸਲੇ ਹੋਏ ਨੇ? ਉਹਨਾਂ ਨੂੰ ਜਦੋਂ ਇਸ਼ਾਰਾ ਹੋ ਗਿਆ ਵੀ ਜੇ ਉਹ ਕਹਤ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਦੇ ਮਾਮਲੇ ਝੂਠਾ ਮੇਰੇ ਤੇ ਪਰਚਾ ਹੋ ਸਕਦਾ। ਹੂੰ। ਵਿਕਰਮ ਸਿੰਘ ਵਿਜੀਠੇ ਦੇ ਝੂਠਾ ਨਸ਼ੇ ਵਾਲੇ ਸਿਸਟਮ ਚ ਕਰ ਸਕਦੀ ਹੈ। ਵੀ ਸਾਨੂੰ ਅੰਦਰ ਕਰ ਸਕਦੇ ਆ ਤੇ ਅਸੀਂ ਆਪ ਹੀ ਜਾ ਕੇ ਗ੍ਰਿਫਤਾਰੀ ਦਿਨਿਆ ਘਰਾਓ ਕਰਦੇ ਆ ਵੀ ਗੱਲ ਕਰਦੇ। ਸਤਿ ਸ੍ਰੀ ਅਕਾਲ ਖਬਰਦਰਪਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਮੈਂ ਤੁਹਾਡੇ ਨਾਲ ਅਨੁਰਾadha ਸ਼ਰਮਾ ਅੱਪਾ ਖਬਰਦਰਪਣ ਤੇ ਗੱਲ ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਬਾਰੇ ਤੇ ਇਹਨਾਂ ਖਬਰਾਂ ਦੀ ਜ਼ਿਆਦਾ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਵਿੱਚ ਡੇਲੀ ਇੰਡੀਆ ਨਿਊਜ਼ ਦੇ ਬਿਊਰੋ ਚੀਫ ਆਰਐਸ ਲਿਬ੍ਰੇਜੀ ਆਰਐਸ ਲਿਬ੍ਰੇਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਖਬਰਦਰਪਣ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਲਿਬਰੇਟ ਦੀ ਗੱਲ ਕਰੀਏ ਹੁਣ ਤੱਕ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਖਾਸ ਰਹੀਆਂ ਨੇ ਪਹਿਲੀ ਖਬਰ ਗੱਲ ਕਰੀਏ ਕਿਸਾਨ ਮੋਰਚੇ ਦੀ ਹੈ ਜੀ ਸਯੁਕ ਕਿਸਾਨ ਮੋਰਚੇ ਦੀ ਅੱਜ ਐਮ ਬੈਠਕ ਸੀ ਜਿਹਦੇ ਵਿੱਚ ਅੱਗੇ ਦੀ ਜੋ ਰਣਨੀਤੀ ਹੈ ਉਹ ਕੜਨ ਦੀ ਤਿਆਰੀ ਹੈ ਤੇ ਕੀ ਕੁਝ ਹੋਣਾ ਹੈ ਕਿਉਂਕਿ ਨਰਿੰਦਰ ਤੋਮਰ ਜੋ ਹੈਗੇ ਆ ਉਹਨਾਂ ਨੇ ਵੀ ਕਿਹਾ ਹੈ ਕਿ ਹੁਣ ਕਿਸਾਨਾਂ ਦਾ ਧਰਨਾ ਬਣਦਾ ਨਹੀਂ ਹਾਂ ਨੂੰ ਇਸ ਤਰ੍ਹਾਂ ਕਿ ਅੱਜ ਪੰਜਾਬ ਨੂੰ ਲੈ ਕੇ ਬਹੁਤ ਐਮ ਸਿਆਸੀ ਮਸਲਿਆਂ ਤੇ ਵੱਡੇ ਵੱਡੇ ਸਿਆਸੀ ਆਗੂ ਆਏ ਹੋਏ ਨੇ ਚਾਹੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਆਏ ਹੋਏ ਨੇ ਚਾਹੇ ਸੀਐਮ ਹਾਊਸ ਅਕਰਾ ਉੱਪਰ ਨਾ ਸੀ ਕਾਲੀ ਦਲ ਨੇ ਚਾਹੇ ਪ੍ਰਗਟ ਸਿੰਘ ਨੇ ਨਵੀਂ ਚੁਣੌਤੀ ਸਵੀਕਾਰ ਕੀਤੀ ਹੈ ਬਾਕੀ ਉਸੇ ਤਰ੍ਹਾਂ ਜਿਵੇਂ ਹੋਰ ਬਹੁਤ ਘਟਨਾ ਨੇ ਖਾਸ ਕਰਕੇ ਸਿੱਖਿਆ ਨਾਲ ਜੁੜੀ ਗੱਲ ਤੁਸੀਂ ਕੀਤੀ ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਅੱਜ ਉਹਨਾਂ ਦੀ ਨੋ ਮੈਂਬਰਾਂ ਦੀ ਜੀ ਮੀਟਿੰਗ ਜਾਰੀ ਹੈ ਅਸਲੀ ਫੈਸਲੇ ਕੀ ਨਿਕਲਦੈ ਨੇ ਉਹ ਬਾਅਦ ਦੀ ਗੱਲ ਹੈ ਪਰ ਹੁਣ ਟਿੱਕ ਦੀ ਖਬਰ ਟਿੱਕਰ ਜੋ ਨਿਕਲ ਕੇ ਆਈ ਹੋਈ ਹੈ ਕਿ 9 ਮੈਂਬਰਾਂ ਦੀ ਕੋਰ ਕਮੇਟੀ ਦੀ ਮੀਟਿੰਗ ਜਾਰੀ ਹੈ ਉਹ ਸੰਖਿਆ ਜਿਹੜੇ ਹੈਗੇ ਨਹੀਂ ਜੱਥੇਬੰਦੀਆਂ ਉਹਨਾਂ ਦੇ ਸੂਤਰਾਂ ਦੇ حوالے ਤੋਂ ਆਪ ਮੰਨਿਏ ਤਾਂ ਉਹ ਇਹ ਕਹਿੰਦੇ ਆ ਵੀ ਅਸੀਂ ਵਾਪਸ ਨਹੀਂ ਜਾਣਾ ਹੂੰ ਇਸ ਤੋਂ ਬਾਅਦ ਅਗਲਾ ਇਹ ਕੰਟੀਨਿਊ ਕਰਨਾ ਹੈ ਹੋਰ ਮੰਗਾਂ ਜਨਾਂ ਚ ਕਰਪੂਰੀਆਂ ਨਹੀਂ ਹੁੰਦੀਆਂ ਹੂੰ ਪਰ ਕਾਫੀ ਤਰ੍ਹਾਂ ਵੀ ਕਹਿ ਰਹੀਆਂ ਨੇ ਕਿ ਆਪਾਂ ਸਰਕਾਰ ਨਾਲ ਗੱਲ ਕਰੀਏ ਕੋਈ ਗੱਲ ਬਣਾ ਕੇ ਅੱਗੇ ਚੱਲੀਏ ਪਰ ਕੀ ਨਿਕਲਦਾ ਇਹ ਹਜੇ ਇਹ ਅੰਤਮ ਫੈਸਲੇ ਤੇ ਜਦੋਂ ਐਲਾਨ ਹੋਏਗਾ ਜਾਂ ਮੇਨ ਅਗੋਂ ਉਹਨਾਂ ਦੇ ਐਲਾਨ ਕਰਨਗੇ ਉਦੋਂ ਬਾਅਦ ਹੋਏਗਾ ਜੀ ਜੀ ਤੇ ਇਹਦੇ ਬਾਅਦ ਗੱਲ ਕਰੀਏ ਆਪਾਂ ਇਸ ਨਾਲ ਮੈਂ ਥੋੜੀ ਐਡ ਕਰਦੇ ਹਾਂ ਜੀ ਅ ਇਸ ਤੋਂ ਪਹਿਲਾਂ ਕਿ ਜਿਹੜੇ ਮਿਲ ਕੇ ਆਏ ਨੇ ਖੱਟੜ ਸਾਹਿਬ ਮੁੱਖ ਮੰਤਰੀ ਪੀਐਮ ਸਾਹਿਬ ਨੂੰ ਉਹਨਾਂ ਨੇ ਇਸ਼ਾਰੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਐਮਐਸਪੀ ਜੋ ਕਿਸਾਨ ਮੋਰਚੇ ਦੀ ਮੁੱਖ ਮੰਗ ਹੈ ਜੀ ਇਹ ਹੋਰ ਮੰਗਾਂ ਦੇ ਨਾਲ-ਨਾਲ ਪੀਲੀ ਸੰਸ਼ੋਧਨ ਬਿੱਲ ਜਾਂ ਹੋਰ ਮਾਮਲੇ ਨ ਕਿਸਾਨਾਂ ਤੇ ਉਹ ਬੇਸ਼ਰਤ ਯਾਨੀ ਰੱਦ ਕਰਨ ਦੇ ਵਿੱਚ ਐਮਐਸਪੀ ਸਭ ਤੋਂ ਨੰਬਰ 1 ਦਾ ਪਹਿਲਾ ਇਹ ਉਹਦੇ ਵਿੱਚ ਇਸ਼ਾਰਾ ਕੀਤਾ ਖੱਟੜ ਸਾਹਿਬ ਨੇ ਕਿ ਇਹ ਮੁਸ਼ਕਲ ਹੈ ਫਿਰ ਆਪਾਂ ਤੋਮਰ ਸਾਹਿਬ ਦੇ ਅੱਜ ਤਾਜ਼ਾ ਬਿਆਨ ਦੀ ਗੱਲ ਕਰੀਏ ਉਹਨਾਂ ਨੇ ਵੀ ਬੜੇ ਤਰੀਕੇ ਨਾਲ ਕਿਹਾ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਦੇ ਕਿਸਾਨ ਮੋਰਚੇ ਦਾ ਕਿਸਾਨ ਅੰਦੋਲਨ ਦਾ ਸਨਮਾਨ ਕਰਦੇ ਤੈਨ ਖੇਤੀਕੂਰ ਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਹੈ ਐਲਾਨ ਕੀਤਾ ਤੇ ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੇ ਆਪਾਂ ਪਰਸੋਂ ਕਈ ਤਾਂ ਸੰਸਦ ਦੇ ਸੈਸ਼ਨ ਦੇ ਵਿੱਚ ਉਹਦੀ ਅਗਲੀ ਕਾਰਵਾਈ ਸ਼ੁਰੂ ਹੋ ਜਾਏਗੀ ਉਸੇ ਤਰ੍ਹਾਂ ਜਥੇਬੰਦੀਆਂ ਨੂੰ ਵੀ ਉਹਨਾਂ ਦਾ ਸਨਮਾਨ ਕਰਦੇ ਹੋਏ ਵਾਪਸ ਜਾਣਾ ਯਾਨੀ ਕਿ ਸਿੱਧੇ ਰੂਪ ਦੇ ਵਿੱਚ ਸਰਕਾਰ ਹਜੇ ਐਮਐਸਪੀ ਤੇ ਕੁਝ ਕਰਨ ਨੂੰ ਯਾਨੀ ਤਿਆਰ ਨਹੀਂ ਹੈ ਸਿਰਫ ਕਮੇਟੀ ਬਣਾਉਣ ਦੀ ਤਿਆਰ ਹੈ ਬਾਕੀ ਉਹ ਕਿਸਾਨ ਜਥੇਬੰਦੀਆਂ ਦਾ ਕੀ ਰੋਅ ਹੈ ਕਿਉਂਕਿ ਜੇ ਆਪਾਂ 26 ਨਵੰਬਰ ਦੀ ਗੱਲ ਕਰੀਏ ਤਾ ਉੱਥੇ ਪੂਰੇ ਪੰਜਾਬ ਕੀ ਪੂਰੇ ਪੰਜਾਬ ਤੋਂ ਲੈ ਕੇ ਹਰਿਆਣਾ ਤੋਂ ਲੈ ਕੇ ਯੂਪੀ ਤੋਂ ਲੈ ਕੇ ਇਕੱਠ ਅੱਗੇ ਨੂੰ ਜਿਆਦਾ ਨਜ਼ਰ ਆਇਆ ਲੱਗਦਾ ਹੈ ਕਿ ਕਿਸਾਨ ਸਾਰੇ ਸਟੇਟਾਂ ਦੇ ਕਿਸਾਨ ਕਿਸਾਨ ਮੋਰਚ ਜਥੇਬੰਦੀਆਂ ਨੂੰ ਨਵਾਂ ਬਲ ਮਿਲਿਆ ਕਿ ਜੇ ਅਸੀਂ ਤਨ ਖੇਤੀ ਕਾਨੂੰਨ ਰੱਦ ਕਰਵਾ ਲਈ ਤਾਂ ਹੋਰ ਮੰਗਾਂ ਵੀ ਆਉਣ ਬਾ ਸਕਦੀਆਂ ਦੇਖਣਾ ਹੈ ਕਿ ਸ਼ਾਮਤ ਕਰ ਕੀ ਫੈਸਲਾ ਹੁੰਦਾ ਉਹ ਫਿਰ ਉਸ ਤੋਂ ਬਾਅਦ ਹੋ ਸਕਦਾ ਹੈ ਜੀ ਬਿਲਕੁਲ ਤੇ ਗੱਲ ਕਰੀ ਲਿਬ੍ਰੇਟ ਜੀ ਅੱਜ ਦਾ ਦਿਨ ਜਿਹੜਾ ਹੈ ਉਹ ਖਾਸ ਕਰ ਸਿੱਖਿਆ ਦੇ ਮੁੱਦੇ ਤੇ ਮੁੱਦੇ ਨੂੰ ਲੈ ਕੇ ਬਹੁਤ ਜ਼ਿਆਦਾ ਭਖਿਆ ਪਿਆ ਜੀ ਅੱਜ ਆਪਾਂ ਗੱਲ ਕਰੀ ਕਿ ਇੱਕ ਜੋ ਅਧਿਆਪਕ ਨੇ ਉਹ ਟਾਵਰ ਤੇ ਚੜ ਗਏ ਨੇ ਜੀ ਪੈਟਰੋਲ ਦੀ ਬੋਟਲ ਲੈ ਕੇ ਤੇ ਮੈਨੂੰ ਇਹ ਦੱਸੋ ਕਿ ਇਹੋ ਜੀ ਮਤਲਬ ਇਹੋ ਜਾਂ ਕੀ ਹੋ ਗਿਆ ਇਹੋ ਜੇ ਕਿੰਨੀਆਂ ਕੀ ਕਿਹੜੀਆਂ ਮੰਗਾਂ ਹੈ ਜਿਹੜੇ ਕਿ ਅਧਿਆਪਕ ਹੁਣ ਮਰਨ ਤੇ ਆ ਗਏ हां एक्चुअली ਕੀ ਗੱਲ ਐ ਨੂੰ ਕਿ ਹਮੇਸ਼ਾ ਦੇਖਣ ਨੂੰ ਆਇਆ ਕਿ ਜਿੰਨਾ ਕ ਮੈਂ ਪਿਛਲੇ ਸਿਆਸੀ ਚੋਣਾਂ ਤੋਂ ਪਹਿਲਾਂ ਦੇ ਦਿਨ ਦੇਖਿਆ ਉਹ ਮਾਹੌਲ ਤਕਰੀਬਨ ਇਸੇ ਤਰ੍ਹਾਂ ਹੀ ਹੁੰਦਾ ਹੈ ਪਰ ਇਸ ਟਾਈਮ ਸਿਆਸੀ ਮਾਹੌਲ ਕੁਝ ਹੋਰ ਤਰ੍ਹਾਂ ਦਾ ਹੈ ਆ ਆਮ ਆਦਮੀ ਪਾਰਟੀ ਦਿੱਲੀ ਦਾ ਮਾਡਲ ਲੈ ਕੇ ਪੰਜਾਬ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਜਦੋਂ ਕਿ ਉਹ ਕਿੰਨੀ ਕੀ ਸਫਲ ਹੋਈ ਪਿਛੀ ਚੋਣਾਂ ਵਿੱਚ ਜਦੋਂ ਕਿ ਪਹਿਲਾਂ ਦੇ ਦਿਨ ਦੀ ਹਵਾ ਮੰਨੀ ਜਾਂਦੀ ਸੀ ਪਰ ਹੁਣ ਇਹ ਮੁੱਦਿਆਂ ਨੂੰ ਲੈ ਕੇ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਦਿੱਲੀ ਦਾ ਮਾਡਲ ਦਿਖਾ ਕੇ ਇੱਥੇ ਆਉਣਾ ਚਾਹੁੰਦੇ ਆ ਦੂਸਰਾ ਇਹ ਹੈ ਕਿ ਉਹ ਜੇਪਾ ਕਾਂਗਰਸ ਦੀ ਗੱਲ ਕਰੀਏ 4.5 ਸਾਲ ਉਸਨੇ ਕੋਈ ਕੰਮ ਜ਼ਿਆਦਾ ਨਹੀਂ ਕੀਤਾ ਜੋ ਜ਼ਿਕਰ ਜੋ ਹੋਏ ਹਾਲਾਂਕਿ ਦੋਸ਼ਾਂ ਦੇ ਵਿੱਚ ਬਹੁਤ ਰਹੀ ਹੈ ਹੁਣ ਵੀ ਚੱਲ ਰਹੀ ਹੈ ਹੁਣ ਉਹਦੇ ਵਿੱਚ ਕੀ ਮਸਲਾ ਨਿਕਲ ਕੇ ਆਇਆ ਹੈ ਕਿ ਇਸ ਚੰਨੀ ਦੇ ਆਉਣ ਤੋਂ ਬਾਅਦ ਚੰਨੀ ਨੂੰ ਇਨਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਇਨਾ ਪੰਪੇ ਹੋਏ ਕਿ ਇਨਾ ਲੋਕਾਂ 'ਚ ਹਰਮਨ ਪਿਆਰਾ ਹੋ ਜਾਏਗਾ ਜੀ ਤੇ ਉਹਨਾਂ ਦੇ ਕੰਮ ਕਰਨ ਦੇ ਸਟਾਈਲ ਦੇ ਜਿੱਥੇ ਉਹਨੇ ਆਮ ਆਦਮੀ ਦੀ ਪ੍ਰਵਾਸੀਆ ਨੂੰ ਆਮ ਲੋਕਾਂ ਦੇ ਵਿੱਚ ਜਾ ਕੇ ਦੋਰੀਏ ਉਥੇ ਆਮ ਆਦਮੀ ਪਾਰਟੀ ਨੂੰ ਇੱਕ ਚੁਣੌਤੀ ਵੀ ਹੋ ਗਈ ਹੈ ਕਿ ਸਾਡਾ ਆਮ ਆਦਮੀ ਪਾਰਟੀ ਤਾਂ ਇੱਕੇ ਪੈਦਾ ਹੋ ਗਿਆ ਤੇ ਉਹਨਾਂ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਨਕਲੀ ਕੇਜਰੀਵਾਲ ਹੁਣ ਉਹ ਤੁਸੀਂ ਦੇਖੋ ਵੀ ਕੇਜਰੀਵਾਲ ਸਾਹਿਬ ਪਹਿਲਾਂ ਬੜੇ ਮੌਕੇ ਤੇ ਆਉਂਦੇ ਸੀ ਹੁਣ ਥੋੜੇ ਥੋੜੇ ਦਿਨ ਬਾਅਦ ਚੱਕਰ ਮਾਰ ਰਹੇ ਨੇ ਅੱਜ ਫਿਰ ਉਹ ਦੌਰੇ ਤੇ ਨੇ ਅੱਜ ਉਹ ਸਿੱਧੇ ਮੋਹਾਲੀ ਦੇ ਵਿੱਚ ਜਾਨੀ ਜਿੱਥੇ ਕੱਚੇ ਜਿਹੜੇ ਹੈਗੇ ਨੇ ਅਧਿਆਪਕ ਉਹਨਾਂ ਕੋਲੇ ਗਏ ਉਹਨਾਂ ਦੇ ਉੱਥੇ ਬੋਲੇ ਨੇ ਬੋਲੇ ਵੀ ਕੀ ਨੇ ਕਿਉਂ ਕਹਿੰਦੇ ਨੇ ਕਿ ਜੀ ਮੈਂ ਥੋਟੋਂ ਮੈਂ ਤਾਂ ਤੁਹਾਨੂੰ ਸੱਦਾ ਦੇਣਾ ਹੈ ਕਿ ਆਪਾਂ ਮਿਲ ਕੇ ਠੀਕ ਕਰਾਂਗੇ ਸਾਰਾ ਕੁਝ ਤੁਸੀਂ ਤੁਹਾਡੇ ਕੋਲੇ ਬਹੁਤ ਆਗੂ ਆਗੇ ਹੋਣੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਤੁਹਾਨੂੰ ਖੁਸ਼ ਕਰਕੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਾਡਲ ਹੁੰਦਾ ਹੈ ਕਿਤੇ ਵੀ ਜੇ ਅਸੀਂ ਸੱਤਾ ਚਾਹੁੰਦੇ ਹਾਂ ਸਭ ਤੋਂ ਪਹਿਲੇ ਸਿੱਖਿਆ ਦਾ ਮਿਆਰ ਉੱਚਾ ਕਰਦੇ ਹਾਂ ਤੇ ਜਿੱਦੀ ਸਾਡੀ ਜਾਨੀ ਮਿਸਾਲ ਜਿਹਨੂੰ ਉਹ ਦਾਵਾ ਕਰਦੇ ਨੇ ਕਿ ਦਿੱਲੀ ਹੈ ਕਿ ਸਾਡੇ ਅਧਿਆਪਕ ਤਿੱਕਰ ਵਿਦੇਸ਼ ਵਿੱਚ ਜਾਨੀ ਕਿ ਟ੍ਰੇਨਿੰਗ ਲੈ ਕੇ ਫਿਰ ਬੱਚਿਆਂ ਨੂੰ ਪੜਾਉਂਦੇ ਨੇ ਤੁਹੋ ਕਹਿੰਦੇ ਨੇ 18 ਕੋ ਲੱਖ ਤੋਂ ਜ਼ਿਆਦਾ ਪੰਜਾਬ ਚ ਹੋ ਸਕਦੇ ਨੇ ਵਿਦਿਆਰਥੀ 16 ਲੱਖ ਵਿਦਿਆਰਥੀ ਸਾਡੇ ਕੋਲੇ ਨੇ ਤੇ ਹੁਣ ਉਹ ਮੁਸ਼ਕਲ ਨਹੀਂ ਐ ਪਹਿਲਾਂ ਮੁਸ਼ਕਲ ਸੀਗੀ ਇਹੀ ਮਾਡਲ ਅਸੀਂ ਇੱਥੇ ਲੈ ਕੇ ਆਵਾਂਗੇ ਇੱਕ ਵਾਰੀ ਉਹਨਾਂ ਨੇ ਜਿਸ ਤਰ੍ਹਾਂ ਕਹਿ ਰਹੇ ਨੇ ਅੱਜ ਕੱਲ੍ਹ ਉਹਨਾਂ ਨੇ ਇੱਕ ਵਾਰੀ ਮੌਕਾ ਦੇਓ ਕੇਜਰੀਵਾਲ ਨੂੰ ਹੁਣ ਦੂਸਰੀ ਗੱਲ ਕਰੀਏ ਕਿ ਜਿੱਥੇ ਸਿੱਖਿਆ ਮੰਤਰੀ ਨੇ ਸੁਸ਼ੋਧੀਆਂ ਜੀ ਇਹਨਾਂ ਦੇ ਉਹਨਾਂ ਨੇ ਚੁਣੌਤੀ ਦਿੱਤੀ ਸੀਗੀ ਪੰਜਾਬ ਸਰਕਾਰ ਨੂੰ ਕਿ ਸਾਡੇ 10 ਸਕੂਲਾਂ ਨਾਲ ਤੁਸੀਂ ਆਪ ਦਾ ਮਿਲ ਕੇ ਦੇਖੋ ਹਰ ਪੱਖੋਂ ਅਸੀਂ ਪੂਰਾ ਸਾਡਾ ਮਾਡਲ ਇਹ ਹੈ ਜਦੋਂ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਕਿ ਤੁਸੀਂ ਦਿੱਲੀ ਤੋਂ ਆ ਕੇ ਇੱਥੋਂ ਕਿਵੇਂ ਕਰ ਲੋਗੇ ਇੱਥੋਂ ਦਾ ਸਮੀਕਰਨ ਹੋਰ ਹੈ ਹੁਣ ਪ੍ਰਗਟ ਸਿੰਘ ਵੀ ਥੋੜੇ ਜੇ ਰੌਂਚ ਨਜ਼ਰ ਆਏ ਆ ਜਿਹੜੇ ਇੱਕ ਬੜੇ ਠਰਮੇ ਨਾਲ ਚੱਲਦੇ ਹਮ ਉਹਨਾਂ ਨੇ ਕਿਹਾ ਵੀ 2727 ਸਕੂਲ ਨੇ ਦਿੱਲੀ ਦੇ ਵਿੱਚ ਤੇ ਇੱਥੇ 19000 ਤੋਂ ਜ਼ਿਆਦਾ ਨੇ ਉਹ ਕਹਿੰਦੇ ਵੀ ਇਹ ਵੈਸੇ ਤਾਂ ਮਿਲਾਨ ਵਾਲੀ ਗੱਲ ਹੈ ਨਹੀਂਗੀ ਸਾਨੂੰ ਸਾਡੇ ਕੰਮ ਨੂੰ ਕੇਂਦਰ ਨੇ ਪ੍ਰਮਾਣਤਾ ਦੇ ਚੁੱਕੇ ਆ ਸਾਨੂੰ ਵਾਰਡ ਮਿਲ ਚੁੱਕਿਆ ਪਰ ਉਹਨਾਂ ਦਾ ਸਵਾਲ ਸੀਗਾ ਆਮ ਆਦਮੀ ਪਾਰਟੀ ਦਾ ਕਿ ਕੱਲੇ ਰੰਗ ਕਰਾਉਣ ਨਾਲ ਕੁਝ ਨਹੀਂ ਬਣਦਾ ਅੰਦਰ ਜੇ ਬੱਚਿਆਂ ਦਾ ਮਿਆਰ ਕਿਸ ਤਰ੍ਹਾਂ ਦਾ ਬੱਚੇ ਪੜ ਕਿਸ ਤਰ੍ਹਾਂ ਰਹੇ ਨੇ ਬੱਚਿਆਂ ਲਈ ਸਿੱਖਿਆ ਨੂੰ ਮਿਲ ਕਿਸ ਤਰ੍ਹਾਂ ਰਹੀ ਹੈ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਕਿ ਜੇ ਅਧਿਆਪਕ ਹੀ ਖੁਸ਼ ਨਹੀਂ ਹੈ ਤਾਂ ਬੱਚੇ ਕਿਵੇਂ ਪੜਾਂਗੇ ਹਾਂ ਇਹ ਕੇਜਰੀਵਾਲ ਸਾਹਿਬ ਨੇ ਕਹੀ ਹੈ ਅੱਛਾ ਦੂਸਰਾ ਕੀ ਹੋਇਆ ਕਿ ਫਿਰ ਉਹ ਕਹਿੰਦੇ ਵੀ ਠੀਕ ਹੈ ਮੈਨੂੰ ਤੁਹਾਡੀ ਚੁਣੌਤੀ ਸਵੀਕਾਰ ਤੇ ਉਹ ਕਹਿੰਦੇ ਵੀ 10 ਦੀ 250 250 ਸਕੂਲ ਦੇਖਾਂਗੇ ਪਰ ਹੁਣ ਚੁਣੌਤੀ ਦੋਨਾਂ ਧਿਰਾਂ ਨੇ ਸਵੀਕਾਰ ਕਰ ਲਈ ਹੋਣ ਵਾਲੇ ਦਿਨਾਂ 'ਚ ਕੀ ਨਿਭੜਦਾ ਹੈ ਇਹ ਤਾਂ ਸ਼ਾਇਦ ਲੋਕਾਂ ਦੀ ਇਲਾਹੀ ਦੀ ਗੱਲ ਹੋ ਜੇ ਜੇ ਕਿਤੇ ਕੋਈ ਗਲਤੀ ਹੋਵੇ ਸੁਧਾਰ ਹੋ ਜੇ ਜਾਂ ਇੱਕ ਦੂਸਰੇ ਦੀ ਲੜਾਈ ਦੇ ਵਿੱਚ ਕਿਤੇ ਲੋਕਾਂ ਦਾ ਫਾਇਦਾ ਹੋ ਜੇ ਮੈਨੂੰ ਲੱਗਦਾ ਵੀ ਹੁਣ ਵਾਲੀਆਂ ਚੋਣਾਂ 'ਚ ਕੁਝ ਐਸੀ ਰੰਗ ਆਉਣ ਵਾਲੀ ਨਹੀਂ ਕਿਉਂਕਿ ਸਾਰੇ ਝਗੜ ਰਹੇ ਨੇ ਇਸ ਝਗੜਾ ਦੇ ਵਿੱਚ ਕਿਉਂਕਿ ਸਿਆਸੀ ਬੰਦੇ ਹਮੇਸ਼ਾ ਉੱਪਰ-ਉੱਪਰ ਨੂੰ ਬੋਲਦੇ ਹੁੰਦੇ ਨਹੀਂ ਅੰਦਰੋਂ ਇਕੱਠੇ ਹੁੰਦੇ ਨੇ ਹੁਣ ਲੱਗ ਰਿਹਾ ਵੀ ਲੋਕਾਂ ਦੀ ਗੱਲ ਸਟਾਰਟ ਹੋਊਗੀ ਹੈ ਇੱਕ ਮਾਹੌਲ ਬਦਲ ਰਿਹਾ ਹੈ ਤੇ ਸਿੱਖਿਆ ਦਾ ਮੁੱਦਾ ਹੀ ਸਹੀ ਜਿਹੜਾ ਬੇਸਿਕ ਆ ਆਧਾਰ ਆ ਹਰੇਕ ਹਰੇਕ ਜਾਨੀ ਕਿ ਤੁਹਾਡੀ ਕਮਿਊਨਿਟੀ ਦਾ ਜੇ ਤੁਹਾਡਾ ਸਿੱਖਿਆ ਦਾ ਮਿਆਰ ਉੱਚਾ ਤਾਂ ਬਾਕੀ ਗੱਲਾਂ ਸਾਰੀਆਂ ਹੋ ਜਾਂਦੀਆਂ ਨੇ ਲੱਗਦਾ ਵੀ ਲੋਕਾਂ ਦੇ ਪੱਖ ਗੱਲ ਤੁਰ ਰਹੀ ਹੈ ਪੱਖ ਵੱਲੇ ਪਰ ਗੱਲ ਜੇ ਕਰੀਏ ਅੱਪਾ ਕਿ ਚੰਨੀ ਸਰਕਾਰ ਨੇ ਕਿਹਾ ਸੀ 36000 ਅਧਿਆਪਕ ਪੱਕੇ ਹੋ ਜੰਗੇ ਐਲਾਨ ਕੀਤਾ ਸੀ ਉਹਨਾਂ ਨੇ ਜੀ ਲੇਕਿਨ ਉਹ ਐ ਅਧਿਆਪਕ ਕਹਰੇ ਸਾਨੂੰ ਕੋਈ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈ ਸਾਨੂੰ ਇਹੋ ਜਿਹਾ ਕੁਝ ਵੀ ਨਹੀਂ ਮਿਲਿਆ ਤਾਂ ਫਿਰ ਇਹ ਐਲਾਨ ਹੀ ਹੋ ਰਹੇ ਹੈ ਕਿ ਕੁਝ ਕੰਮ ਵੀ ਹੋ ਰਿਹਾ ਹੈ ਕਾਂਗਰਸ ਵੱਲੋਂ ਹਾਂ ਹੰਨੂ ਜੀ ਹਾਂ ਠੀਕ ਹੈ ਵੈਸੇ 36000 ਜਿਹੜੇ ਉਹਨਾਂ ਨੇ ਗੱਲ ਕੀਤੀ ਸਵੇਰ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਹ ਹੋ ਸਕਦਾ ਅਲੱਗ-ਅਲੱਗ ਕੈਟਾਗਰੀਆਂ ਚ ਹੋਵੇ ਹੋ ਸਕਦਾ ਜਿਹੜੇ ਅਧਿਆਪਕ ਨਹੀਂ ਨਾਏ ਹੋਣ ਤੇ ਇੱਕ ਗੱਲ ਹੋਰ ਵੀ ਹੈ ਇਹ 36000 ਤਾਂ ਉਹਨਾਂ ਨੇ ਕਰ ਦਿੱਤੇ ਕਿਉਂਕਿ ਉਦੋਂ ਪਹਿਲਾਂ ਉਹਨਾਂ ਨੇ ਉਹ ਐਲਾਨ ਕੀਤਾ ਸੀਗਾ ਕਿ ਜਿਹੜੇ ਸੇਵਾ ਮੁਕਤੀ ਤੋਂ ਬਾਅਦ ਲਗ ਲਗ ਉਹਦੇ ਤੇ ਰੀ ਬੈਠੇ ਨੇ ਉਹਨਾਂ ਨੂੰ ਪਹਿਲਾਂ ਰੱਦ ਕਰੋ ਉਹਨਾਂ ਕਰਨ ਤੋਂ ਬਾਅਦ ਮੈਨੂੰ ਲੱਗਦਾ ਵੀ ਉੱਥੇ ਜਿੰਨੀਆਂ ਪੋਸਟਾਂ ਬਣੀਆਂ ਉਹ ਭਰੀਆਂ ਉਹਨਾਂ ਨੇ ਜਾਂ ਉਹ ਚ ਕੋਈ ਉਸ ਪੈਮਾਨੇ 'ਚ ਨਹੀਂ ਆਏ ਹੋਣੇ ਹੁਣ ਜੇ ਮੈਂ ਆਪਾਂ ਅੱਜ ਗੱਲ ਕਰੀਏ ਤੁਸੀਂ ਦੇ ਆਪਕਾਂ ਦੀ ਗੱਲ ਕਰਦੇ ਹੁਣ ਐਮ ਐਲ ਏ ਹੋਸਟਲ ਦੇ ਸਾਹਮਣੇ ਨੇੜੇ ਇੱਕ ਟਾਵਰ ਆ ਉੱਥੇ ਇੱਕ ਅਧਿਆਪਕ ਚੜਿਆ ਹੋਇਆ ਉਹ ਕਹਿੰਦਾ ਮੇਰੀ ਤਨਖਾਹ ਕੱਟ ਗਈ ਮੇਰੀ تنਖਾ 19 ਕਰੋੜ ਨਹੀਂ ਤਾਂ ਮੈਂ ਪਾਣੀ ਦੀ ਬੋਤਲ ਪਾਣੀ ਨਹੀਂ ਮਾਫ ਕਰਨਾ ਪੈਟਰੋਲ ਦੀ ਬੋਤਲ ਲੈ ਕੇ ਉੱਥੇ ਤੇ ਅੱਜ ਸੁਖਵੀਰ ਬਾਦਲ ਜਦੋਂ ਉੱਥੋਂ ਗ੍ਰਿਫਤਾਰੀ ਲਈ ਨਿਕਲ ਰਹੇ ਸੀਗੇ ਤੇ ਉਹਨਾਂ ਨੇ ਵੀ ਗੱਲ ਕੀਤੀ ਪਰ ਉਹ ਮਾਮਲਾ ਉੱਥੇ ਦੇ ਉੱਥੇ ਪ੍ਰਗਟ ਸਿੰਘ ਨਾਲ ਵੀ ਫੋਨ ਤੇ ਗੱਲ ਕੀਤੀ ਉਹਨਾਂ ਨੇ ਬੇਤ ਕੋਈ ਨਾ ਕੋਈ ਗੱਲ ਕਰੋ ਪਰ ਹੁਣ ਜਿਹੜੀ 36000 ਦੀ ਤੁਸੀਂ ਗੱਲ ਕਰਦੇ ਹੋ ਸਿੱਧੂ ਸਾਹਿਬ ਦਾ ਤੁਸੀਂ ਬਿਆਨ ਸੁਣਾਇਆ ਵਾ ਹਮੇਸ਼ਾ ਹੀ ਮੈਨੂੰ ਲੱਗਦਾ ਕਿ ਮੈਂ ਇਹੋ ਜਿਹੇ ਪ੍ਰਧਾਨ ਚਾਹੀਦੇ ਨੇ ਪਾਰਟੀਆਂ ਦੇ ਵਿੱਚ ਜਿਹੜੇ ਆਪਦੇ ਪਾਰਟੀ ਤੇ ਸਵਾਲ ਉਠਾਉਣ ਹੂੰ ਕਿਉਂਕਿ ਪਾਰਟੀ ਸਾਰੇ ਲੀਡਰਾਂ ਨੂੰ ਪੈਦਾ ਕਰਦੀ ਹੈ ਜੇ ਇੱਕ ਵਾਈ ਕਿਸੇ ਉਪਾਇਤਾ ਪਾਰਟੀ ਚ ਵੀ ਇੱਕ ਮੈਂਬਰ ਨਾ ਕਾਰਜਕਰਤਾ ਜਾਂ ਵਰਕਰ ਜੋ ਕੰਮ ਨਹੀਂ ਕਰ ਰਿਹਾ ਤਾਂ ਜੇ ਉਹਨਾਂ ਗੱਲ ਨਹੀਂ ਸੁਣ ਰਿਹਾ ਤਾਂ ਉਹਨੂੰ ਲੋਕਾਂ ਕੋਲੇ ਗੱਲ ਕਰ ਉਹ ਉਹਨਾਂ ਨੇ ਸਵਾਲ اٹھਾਇਆ ਸੀ 1 ਲੱਖ ਤੋਂ ਜ਼ਿਆਦਾ ਸਾਮੀਆਂ ਖਾਲੀ ਪਈਆਂ ਨੇ ਹੋ ਸਕਦਾ ਜਿਹੜੀ ਅੱਜ ਗੱਲ ਕਰ ਰਹੇ ਨੇ ਕਈ ਦੀਵਾਲ ਵੀ ਕਿਤੇ ਇੱਕ ਅਧਿਆਪਕ ਹੈ ਕਿਤੇ ਇੱਕ ਅਧਿਆਪਕ ਵੀ ਨਹੀਂ ਹੈ ਕਿਤੇ ਪੀ ਐਨ ਹੀ ਕੰਮ ਚ ਚਲਾਈ ਜਾਂਦਾ ਤੇ ਇਹ ਜਾਨੀ ਕਿ ਹੋ ਸਕਦਾ ਉਹਨਾਂ ਸਾਮੀਆਂ ਚ ਹੋਣ ਇਹ ਤੇ ਇਸ ਕਰਕੇ ਜਿਹੜੀਆਂ 1 ਲੱਖ ਸਾਮੀਆਂ ਪਈਆਂ ਨੇ ਉਹ ਸਰਕਾਰ ਦੀ ਅਗਲੀ ਕਿਹ ਨੀਤੀ ਬਣਦੀ ਹੈ ਤੇ ਉਹਦੇ ਵਿੱਚ ਪਤਾ ਚੱਲੇਗਾ ਬਾਕੀ ਇੱਕ ਇੱਕ ਗੱਲ ਸੋਚਣ ਵਾਲੀ ਹੋਰ ਹੈ 4.5 ਸਾਲ ਬਰਾਬਰ 6 ਇੱਕ ਮਹੀਨੇ ਜਾਂ 3-4 ਮਹੀਨੇ ਇਹਦੇ ਵਿੱਚ ਬੜੀ ਚੁਣੌਤੀ ਆ ਕਾਂਗਰਸ ਸਰਕਾਰ ਵਾਸਤੇ ਖਾਸ ਕਰਕੇ ਚੰਨੀ ਵਾਸਤੇ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਆ ਆਮ ਆਦਮੀ ਪਾਰਟੀ ਆ ਕੇ ਜੇਉਂਦੀ ਹੈ ਤੇ ਕਿਵੇਂ ਹੱਲ ਕਰਦੀ ਹੈ ਤੇ ਰਹਿਣ ਵਾਲੀ ਸੱਤਾ ਦੇ ਵਿੱਚ ਪਾਰਟੀ ਕਿਸ ਤਰ੍ਹਾਂ ਕਰਦੀ ਹੈ ਜੀ ਬਿਲਕੁਲ ਤੇ ਗੱਲ ਕਰੀਏ ਜੇ ਅਕਾਲੀ ਦਲ ਦੀ ਤੇ ਅਕਾਲੀ ਦਲ ਨੇ ਆ ਚੰਡੀਗੜ੍ਹ 'ਚ ਸੀਐਮ ਹਾਊਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਬਾਅਦ ਕੱਲ ਇਹੋ ਜਾਂ ਕੋਰ ਕਮੇਟੀ 'ਚ ਕੀ ਫੈਸਲੇ ਹੋਏ ਨੇ ਕਿ ਉਹਨਾਂ ਨੇ ਅੱਜ ਆਪਣੀ ਗ੍ਰਿਫਤਾਰੀ ਦੇਣ ਦੇ ਇਹ ਐਲਾਨ ਕੀਤੇ ਨੇ ਤੇ ਪ੍ਰਦਰਸ਼ਨ ਕੀਤਾ ਨੇ ਹਾਂ ਅਨੂ ਜਿਹੜਾ ਆਪਣੇ ਤੁਸੀਂ ਸਮਝੋਗੇ ਪਿਛਲੇ 6 ਕੁ ਮਹੀਨਿਆਂ 'ਚ ਮੁੱਦੇ ਉੱਠੇ ਨੇ ਜ਼ਿਆਦਾ ਹਾਂ ਉਹ ਉਹ ਮੁੱਦਿਆਂ ਦੇ ਕਾਰਨ ਹੀ ਤੁਸੀਂ ਸਮਝੋ ਕਿ ਕਾਂਗਰਸ ਨੂੰ ਆਪਣੀ ਸੱਤਾ ਤੇ ਮੁੱਖ ਮੰਤਰੀ ਨੂੰ ਬਦਲਣਾ ਪਿਆ ਜੇ ਕਾਰਨ ਹੈ ਉਹ ਵਿਅਦਵੀ ਦਾ ਮਾਮਲਾ ਸੀ ਚਾਹੇ ਐਸਟੀਐਫ ਨਸ਼ਿਆਂ ਦਾ ਮਾਮਲਾ ਸੀਗਾ ਜਾਂ ਕੁਛ ਇਹਦੇ ਨਾਲ ਹੋਰ ਜੁੜੇ ਮਾਮਲੇ ਸੀ ਉਹਦੇ 'ਚ ਇਹੀ ਸੀ ਕਿ ਇਹ ਚ ਮੁੱਦਾ ਇਹ ਸੀਗਾ ਕਿ ਸਰਕਾਰ ਹੁਣ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਕਰਕੇ ਕਿਉਂਕਿ ਉਹਨੇ ਪਿਛਲੇ ਦਿਨੀ ਐਲਾਨ ਕਰ ਦਿੱਤਾ ਕਿ ਜੇ ਤੁਸੀਂ ਐਸਟੀਐਫ ਦੀ ਰਿਪੋਰਟ ਨਾ ਖੋਲੀ ਜੀ ਕਿਉਂਕਿ ਉਹਨਾਂ ਨੇ ਇੱਕ ਹਵਾਲਾ ਦਿੱਤਾ ਸੀਗਾ ਕਿ ਕੋਰਟ ਨੇ ਤਿੰਨ ਵਾਰੀ ਕਹਿ ਚੁੱਕਾ ਹੈ ਵੀ ਕੋਰਟ ਦਾ ਕੋਈ ਐਚਓ ਨਹੀਂਗਾ ਜੇ ਸਰਕਾਰ ਕੋਲੇ ਰਿਪੋਰਟ ਪਈ ਹੈ ਉਹ ਕਾਨੂੰਨੀ ਦਾਇਰੇ ਚ ਰਹਿ ਕੇ ਰਿਪੋਰਟ ਲੈ ਕੇ ਐਕਸ਼ਨ ਆ ਦੀ ਕਾਰਵਾਈ ਕਰੇ ਜੀ ਉਹਨੇ ਤਿੰਨੇ ਆਰਡਰ ਵੀ ਸੁਣਾਏ ਉਹਨਾਂ ਨੇ ਹੁਣ ਇਹ ਪ੍ਰੈਸ਼ਰ ਲਗਾਤਾਰ ਦੋ ਮੁੱਦਿਆਂ ਤੇ ਪਾ ਰਹੇ ਨੇ ਚੰਨੀ ਸਾਹਿਬ ਨੋ ਨਹੀਂ ਮਾਫ ਕਰਨਾ ਸਿੱਧੂ ਸਾਹਿਬ ਉਹਨਾਂ ਨੇ ਅੱਜ ਵੀ ਕਿਹਾ ਤੇ ਕੱਲ ਵੀ ਕਿਹਾ ਤੇ ਪਰਸੋਂ ਵੀ ਕਿਹਾ ਲਗਾਤਾਰ ਕਹਿੰਦੇ ਆ ਰਹੇ ਨੇਗੇ ਉਹ ਕਹਿੰਦੇ ਨੇ ਵੀ ਜੇ ਹੁਣ ਤਾਂ ਉਹ ਇੰਨਾ ਅੱਗੇ ਵਧ ਗਏ ਕਿ ਉਹ ਕਹਿੰਦੇ ਵੀ ਜੇ ਬੇਅਦਬੀ ਦੇ ਮਾਮਲਿਆਂ ਤੇ ਹੂੰ ਤੇ ਆ ਨਸ਼ਾ ਪ੍ਰਤੀ ਮਾਮਲਾ ਰਿਪੋਰਟ ਨਹੀਂ ਖੋਲੀ ਬੇਅਦਬੀ ਉਤੇ ਕਾਰਵਾਈ ਨਾ ਹੋਈ ਤੇ ਇਹਨਾਂ ਦੀ ਰਿਪੋਰਟ ਨਾ ਖੁੱਲੀ ਤੇ ਜਿਹੜੇ ਨਾਮ ਸਾਹਮਣੇ ਆਏ ਉਹਨਾਂ ਤੇ ਕਾਰਵਾਈ ਨਾ ਹੋਈ ਤਾਂ ਮੈਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮਰਨ ਵਰਤ ਤੇ ਬੈਠੂ ਹੁਣ ਇਹ ਇੱਕ ਹੋਰ ਵੀ ਗੱਲ ਹੈ ਕਿ ਸਿੱਧੂ ਸਾਹਿਬ ਦੀ ਵੀ ਜੇ ਉਹਨਾਂ ਨੇ ਕਹਿਤਾ ਤਾਂ ਕੁਝ ਨਾ ਕੁਝ ਕਰ ਦਿੰਦੇ ਆ ਮੈਨੂੰ ਲੱਗਦਾ ਚੰਨੀ ਸਰਕਾਰ ਜਿੱਥੇ ਪਹਿਲਾਂ ਉਹ ਥੋੜਾ ਜਿਹਾ ਦਬਾਉਂਦੀ ਆ ਰਹੀ ਸੀ ਜਾਂ ਸੋਚ ਰਹੀ ਸੀ ਜਾਂ ਸਮਝ ਰਹੀ ਸੀ ਵੀ ਕਿਵੇਂ ਕਰੀਏ ਕਾਰਵਾਈ ਕਿਉਂਕਿ ਪਿਛਲੇ 15 ਸਾਲਾਂ ਚ ਕੁਝ ਨਹੀਂ ਹੋਇਆ ਤਾਂ ਹੁਣ ਕੀ ਹੋਣਾ ਹੈ ਉਹਦੇ ਵਿੱਚ ਕੀ ਹੋਇਆ ਕਿ ਵੀ ਫਿਰ ਉਹਨਾਂ ਨੇ ਹੁਣ ਉਹਦੇ 'ਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਇਸ਼ਾਰਾ ਮਿਲ ਗਿਆ ਕਿਉਂਕਿ ਸਰਕਾਰ 'ਚ ਰਹੇ ਨੇ 10 ਸਾਲ ਉਹੀ ਜਾਨੀ ਕਿ ਤੁਹਾਡੇ ਅਫਸਰ ਹੁੰਦੇ ਨੇ ਉਹ ਇੰਨਾ ਕੁ ਰਿਪੋਰਟ ਆਈ ਉਹਨਾਂ ਕੱਲ ਜਿਹੜੀ ਮੀਟਿੰਗ ਸੀ ਕੋਰ ਕਮੇਟੀ ਦੀ ਮੀਟਿੰਗ ਸੀ ਸਿਰਫ ਇਸੇ ਮੁੱਦੇ ਤੇ ਮੈਨੂੰ ਲੱਗਦਾ ਜੋ ਖਬਰ ਨਿਕਲ ਕੇ ਬਾਹਰ ਆਈ ਹੈ ਅਕਾਲੀ ਦਲ ਨੂੰ ਇਹ ਲੱਗਿਆ ਵੀ ਹੁਣੇ ਕਾਰਵਾਈ ਕਿਵੇਂ ਨਾ ਕਿਵੇਂ ਹੋਏ ਹੀ ਕੀ ਹੋਏਗੀ ਫਿਰ ਕੋਰ ਕਮੇਟੀ ਦੀ ਕਮੇਟੀ ਤਕਰੀਬਨ 3 ਘੰਟੇ ਚੱਲੀ ਅੱਜ ਵੀ ਜਿਹੜੇ ਸਾਰੇ ਕੋਰ ਕਮੇਟੀ ਦੇ ਆਗੂ ਸੀ ਕਾਇਦਲ ਜੀ ਸਿੰਘ ਦੀ ਮਸੀਤ ਚਾਹੇ ਰਣੀਕੇ ਸੀ ਚਾਹੇ ਬੀਬੀ ਜੰਗੀਰ ਕੌਰ ਸੀ ਚਾਹੇ ਆਪਣੇ ਹੋਰ ਵੱਡੇ ਆਗੂ ਸੀ ਆਪਣੇ ਤੁਸੀਂ ਲਾ ਲੋ ਚੰਦੂ ਮਾਜਰਾ ਸਾਹਿਬ ਲਾ ਲੋ ਸੁਖਵੀਰ ਖੁਦ ਲਾ ਲੋ ਵਿਕਰਮ ਸਿੰਘ ਜੀਠਿਆ ਲਾ ਲੋ ਉਹ ਆਪਣੇ ਉੱਥੋਂ ਨਿਕਲ ਕੇ ਸੀ ਉਹਨਾਂ ਨੇ ਕੱਲ ਐਲਾਨ ਕੀਤੇ ਸੀ ਤਿੰਨ ਵੀ ਉਹਨਾਂ ਨੂੰ ਜਦੋਂ ਇਸ਼ਾਰਾ ਹੋ ਗਿਆ ਵੀ ਜੇ ਉਹ ਕਹੇ ਸੁਖਵੀਰ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਝੂਠਾ ਮੇਰੇ ਤੇ ਪਰਚਾ ਹੋ ਸਕਦਾ ਹਾਂ ਹਾਂ ਵਿਕਰਨ ਸਿੰਘ ਮਜੀਠੀਏ ਦੇ ਝੂਠੇ ਨਸ਼ੇ ਵਾਲੇ ਸਿਸਟਮ ਚ ਕਰ ਸਕਦੀ ਹੈ ਵੀ ਸਾਨੂੰ ਅੰਦਰ ਕਰ ਸਕਦੇ ਆ ਤੇ ਅਸੀਂ ਆਪ ਹੀ ਜਾ ਕੇ ਗ੍ਰਿਫਤਾਰੀ ਦਿਨਿਆ ਘਰਾਓ ਕਰਦੇ ਆ ਵੀ ਗੱਲ ਕਰਦੇ ਤੁਸੀਂ ਝੂਠੇ ਪਰਚੇ ਦਰਜ ਕਰੋਗੇ ਫਿਰ ਉਹਨਾਂ ਨੇ ਇੱਕ ਹੋਰ ਕਿਹਾ ਸੀਗਾ ਵੀ ਜਿਹੜੀ ਇਹ ਸਾਡੇ ਕੋਲ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਅਫਸਰ ਸਾਨੂੰ ਦੱਸ ਰਹੇ ਨੇ ਵੀ ਇਹ ਅਫਸਰਾਂ ਨੇ ਦੀ ਯੁਕਤੀ ਇਸ ਤਰ੍ਹਾਂ ਕਰ ਰਹੇ ਵੀ ਜਾਂ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਕਰੋ ਵਿਕਰਨ ਸਿੰਘ ਮਜੀਠੀਏ ਨੂੰ ਅੰਦਰ ਕਰੋ ਇੱਕੋ ਨੁਕਤੇ ਦੇ ਘਰ ਅੱਜ ਉਹਨਾਂ ਦਾ ਪਹਿਲਾ ਕਦਮ ਸੀਗਾ ਹੂੰ ਕੀ ਵੀ ਅਸੀਂ ਜਾ ਕੇ ਸੀਐਮ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਮੋਲਦਾਬ ਜੇਲ੍ਹ ਪਰ ਅੰਦੋਲਨ ਵੀ ਸ਼ੁਰੂ ਕਰਨਗੇ ਹੁਣ ਅੱਜ ਉਹਨਾਂ ਦੀ ਹਰਾਸਤ ਹੋ ਗਈ ਹੈ ਥੋੜੇ ਚਿਰ ਬਾਅਦ ਉਹ ਹੀ ਬੰਦੀ ਕਾਰਵਾਈ ਕਰਕੇ ਉਹਨਾਂ ਰਿਹਾ ਕਰ ਦੇਣਾ ਇੱਕ ਸਿਆਸੀ ਐ ਐਸਾ ਸਿਸਟਮ ਬਣ ਗਿਆ ਕਿ ਪਿਛਲੇ ਸਿਸਟਮ ਦੇ ਵਿੱਚ ਰੋਕਿਆ ਜਾ ਰਿਹਾ ਸੀ ਜਿਵੇਂ ਹੁਣ ਹੁਣ ਗੱਲ ਕਰੀ ਜੇ ਹੁਣ ਕਾਰਵਾਈ ਹੋ ਜਾਂਦੀ ਹੈ ਇਹ ਆਉਣ ਵਾਲੇ ਚ ਯਾਨੀ ਚੋਣਾਂ ਦੇ ਦਿਨਾਂ ਦੇ ਵਿੱਚ ਜੀ ਕਾਂਗਰਸ ਨੂੰ ਵੱਡਾ ਫਾਇਦਾ ਹੋਏਗਾ ਕਿਉਂਕਿ ਵੱਡਾ ਮੁੱਦਾ ਦੂਸਰਾ ਇਹ ਵੀ ਹੈ ਕਿ ਜੇ ਹੀ ਕਾਰਵਾਈ ਨਹੀਂ ਕਰਦੇ ਮਜਬੂਰੀ ਹੋ ਗਈ ਇਹਨਾਂ ਦੀ ਕਿਉਂਕਿ 4.5 ਸਾਲ ਜਿੱਥੇ ਦੋਸ਼ ਲੱਗੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਤੇ ਉਹ ਕਿਤੇ ਨਾ ਕਿਤੇ ਸ਼ੋਅ ਕਰਦੇ ਨੇ ਵੀ ਜੇ ਵੀ ਨਹੀਂ ਕਰਦੇ ਤਾਂ ਫਿਰ ਇਹ ਵੀ ਉਹੀ ਇਸ ਤਰ੍ਹਾਂ ਫਿਰ ਲੋਕ ਇਹਨਾਂ ਤੋਂ ਮੁਖਮੂਲ ਲੈਣਗੇ ਇਹ ਹੁਣ ਮਨ ਲੱਗਦਾ ਚੰਨੀ ਸਰਕਾਰ ਦੀ ਜਾਂ ਕਾਂਗਰਸ ਦੀ ਇੱਕ ਮਜਬੂਰੀ ਬਣ ਗਈ ਹੈ ਕਿ ਉਹ ਕਾਰਵਾਈ ਉਹ ਕਰਨ ਲਈ ਮਜਬੂਰ ਨੇ ਤੇ ਕਰਨਗੇ ਤੇ ਜਿਸ ਦਾ ਇਸ਼ਾਰਾ ਅਕਾਲੀ ਦਲ ਨੂੰ ਮਿਲ ਗਿਆ ਇਸ ਕਰਕੇ ਉਹਨਾਂ ਨੇ ਇਹੋ ਜਿਹਾ ਪ੍ਰੋਗਰਾਮ ਉਲੀਕਿਆ। ਮਤਲਬ ਅਕਾਲੀ ਦਲ ਦਾ ਡਰ ਵੀ ਹੈ ਕਿਤੇ ਨਾ। ਜੀ ਜੀ ਬਿਲਕੁਲ। ਅਕਾਲੀ ਦਲ ਨੂੰ ਆਪਣਾ ਡਰ ਵੀ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਜੋ ਕੈਪਟਨ ਹੈ ਹੁਣ ਕੈਪਟਨ ਨੇ ਨਿਸ਼ਾਨੇ 'ਚ ਲੈ ਲਿਆ ਹੈ ਹਰੀਸ਼ ਚੌਧਰੀ ਜੀ ਨੂੰ। ਜੀ। ਹੁਣ ਕੀ ਮਸਲਾ ਹੋ ਗਿਆ ਕਿ ਹਰੀਸ਼ ਚੌਧਰੀ ਜੀ ਹੀ ਕੈਪਟਨ ਦੇ ਮਤਲਬ ਹਮਲੇ ਆ ਦੇ ਵਿੱਚ ਆ ਗਏ ਨੇ ਸਿੱਧੇ। ਹਾਂ ਨਿਸ਼ਾਨੇ 'ਤੇ ਆ ਗਏ ਨੇ ਉਹਨਾਂ। ਜੀ। ਦੇਖੋ ਤੁਸੀਂ ਪਿਛਲੇ ਦਿਨਾਂ ਤੋਂ ਆਪਾਂ ਜੇ ਗੱਲ ਕਰੀਏ ਕੈਪਟਨ ਜਿਹੜਾ ਵੀ ਦੋਸ਼ ਲਗਾਇਆ ਜਾਂਦਾ ਉਹਨਾਂ ਤੇ ਉਸੇ ਨੂੰ ਹਥਿਆਰ ਬਣਾ ਕੇ ਸਾਹਮਣੇ ਆਉਂਦੇ ਨੇ ਜੀ ਹੁਣ ਹਰੀਸ਼ ਚੌਧਰੀ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਦੋਂ ਕੈਪਟਨ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਤੇ ਨਾਦੀਨਾ ਰਜ਼ਾਈਨ ਦਿੱਤਾ ਹੂੰ ਉਹ ਰਜ਼ਾਈਨ ਕਿ ਉਹਨਾਂ ਦੀ ਪਤਨੀ ਹੈ ਉਥੋਂ ਐਮਐਲਏ ਨੇ ਉਥੋਂ ਪਟਿਆਲਾ ਤੋਂ ਐਮਪੀ ਨੇ ਹੁਣ ਉਹ ਪਾਰਲੀਮੈਂਟ ਮੈਂਬਰ ਨੇ ਉਹ ਕਾਂਗਰਸ ਦੇ ਨੇ ਤੇ ਕੀ ਹੋਇਆ ਕਿ ਜਦੋਂ ਉਹ ਅੱਗੇ ਨੇ ਬਾਹਰ ਇੱਕ ਵੀ ਸੋਚਿਆ ਜਾਂਦਾ ਸਮਾਜਿਕ ਸਿਸਟਮ ਦੇ ਹਿਸਾਬ ਨਾਲ ਵੀ ਇੱਕ ਪਤਨੀ ਪਾਸੇ ਰਹੇਗੀ ਜਾਂ ਉਹਦੀ ਹਮਾਇਤ ਨਹੀਂ ਕਰੇਗੀ ਜਾਂ ਸਪੋਰਟ ਨਹੀਂ ਕਰੇਗੀ ਫਿਰ ਉਹ ਤੋਂ ਬਾਅਦ ਕੀ ਹੋਇਆ ਹੈ ਕਿ ਉਹਨਾਂ ਨੇ ਸਪੋਰਟ ਲੈ ਕੇ ਐਮਐਲਏ ਨੇ ਕਿਹਾ ਵੀ ਐਮਐਲਏ ਸ਼ਿਕਾਇਤ ਕਰ ਰਹੇ ਨਹੀਂ ਹੋਰ ਕਰਨੇ ਕਿ ਪਾਰਟੀ ਭਰੂਤੀ ਗਤੀਵਿਧੀਆਂ ਚੱਲ ਰਹੀਆਂ ਨੇ ਕਿ ਜਿਹਦਾ ਇੱਕ ਹਿੱਸਾ ਸੀਗਾ ਕਿ ਜਿਹੜੀ ਮੇਅਰ ਦੀ ਚੋਣ ਹੋਈ ਹੈ ਮੇਅਰ ਦੀ ਚੋਣ ਦੇ ਵਿੱਚ ਚਾਹੇ 25 ਕਾਉਂਸਲਰ ਆਪਣੇ ਪੱਖ ਚ ਕਰ ਚੁੱਕੇ ਨੇ ਕੈਪਟਨ ਪਰ ਫਿਰ ਵੀ ਉਹਨਾਂ ਦਾ ਜਿਹੜਾ ਮੇਅਰ ਸੀ ਜਿਹਦੀ ਹਮਾਇਤ ਕਰਦੇ ਸੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹ ਉਹਦੇ ਵਿੱਚ ਕੀ ਹੋਇਆ ਕਿ ਫਿਰ ਹਰੀਸ਼ ਚੌਧਰੀ ਜੋ ਚਾਰਜ ਨੇ ਪੰਜਾਬ ਮਾਮਲਿਆਂ ਦੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਸ਼ਾਮਲੋਂ ਕਿਉਂ ਨਾ ਤੁਹਾਡੇ ਗੇਸ ਕੋਈ ਕਾਰਵਾਈ ਕੀਤੀ ਤੇਨਿ ਸ਼ਾਸਨਿਕ ਕਾਰਵਾਈ ਕੀਤੀ ਜਾਵੇ ਉਹਦੇ ਜਵਾਬ ਦੇ ਵਿੱਚ ਕੈਪਟਨ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿ ਉਹ ਹਰੀਸ਼ ਚੌਧਰੀ ਨੇ ਜਿਹੜੇ ਉੱਥੋਂ ਨਕਾਰੇ ਹੋਏ ਨੇ ਉੱਥੋਂ ਦੀ ਸਰਕਾਰ ਚੋਂ ਗੈਲੋ ਸਰਕਾਰ ਚੋਂ ਜਾਨੀ ਕਿ ਇਹਨੂੰ ਕੱਢਿਆ ਗਿਆ ਕਿਉਂਕਿ ਇਹਨਾਂ ਦੇ ਕਤਲ ਦੇ ਮਾਮਲੇ ਦੇ ਦੋਸ਼ ਸੀਗੇ ਹੂੰ ਤੇ ਹੁਣ ਜੇ ਕਹਿੰਦੇ ਮੈਂ 14 ਜਿਹੜੇ ਇੰਚਾਰਜਾਂ ਦਾ ਕੰਮ ਕਰ ਚੁੱਕੇ ਆਂ ਇਹ ਪਹਿਲਾ ਚਾਰਜ ਦੇਖਿਆ ਜਿਹੜਾ ਮੰਤਰੀ ਲੈਵਲ ਦੀ ਕੋਠੀ ਲੈਪਕੇ ਬੈਠਾ ਸਰਕਾਰੀ ਮੀਟਿੰਗਾਂ 'ਚ ਬੈਠਦਾ ਕਿਹੜੇ ਕਾਨੂੰਨ ਦੇ ਤਹਿਤ ਬੈਠਦਾ ਪਹਿਲਾਂ ਇਹ ਜਵਾਬ ਦੇਵੇ ਯਾਨੀ ਕਿ ਉਹਨਾਂ ਨੇ ਸਵਾਲ ਤੇ ਸਵਾਲ ਖੜਤਾ ਖੜਾ ਕਰਤਾ ਜਦੋਂ ਕਿ ਉਹਨਾਂ ਨੂੰ ਉਹਨਾਂ ਦੀ ਪਤਨੀ ਨੇ ਜਵਾਬ ਦੇਣਾ ਸੀਗਾ ਕਿ ਮੈਂ ਕੋਈ ਕਾਰਵਾਈ ਨਹੀਂ ਕਰ ਰਹੀਆਂ ਸਹੀ ਗੱਲ ਇਹ ਉਹਨਾਂ ਦਾ ਇੱਕ ਪਲਟਬਾਰ ਇਸ ਤਰੀਕੇ ਦਾ ਉਹਨੂੰ ਚੁੱਪ ਕਰਾਉਣ ਵਾਸਤੇ ਹੁਣ ਗਰੀਏ ਜੀ ਕੈਪਟਨ ਅਮਰਿੰਦਰ ਸਿੰਘ ਹੈ ਉਹ ਹਮਲੇ ਤਾਂ ਕਰ ਹੀ ਰਹੇ ਹਨ ਲਗਾਤਾਰ ਪਰ ਉਹਨਾਂ ਦੀ ਜੋ ਪਾਰਟੀ ਹੈ ਹੁਣ ਉਹ ਮੁਸ਼ਕਲਾਂ 'ਚ ਆ ਗਈ ਹੈ ਕੀ ਕੁਝ ਮੁਸ਼ਕਲਾਂ ਪੰਜਾਬ ਲੋਕ ਕਾਂਗਰਸ ਨੂੰ ਸਾਹਮਣੇ ਆ ਰਹੀਆਂ ਨੇ ਹਾਂਜੀ ਪੰਜਾਬ ਨੂੰ ਕਾਂਗਰਸ ਜਿਹੜੀ ਪਾਰਟੀ ਹੈ ਇਹ ਤੁਸੀਂ ਤੁਹਾਨੂੰ ਯਾਦ ਹੋਵੇਗਾ ਨੂੰ ਜਦੋਂ ਉਹਨਾਂ ਨੇ ਪਹਿਲੀ ਵਾਰੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਸੀ ਪੱਤਰਕਾਰ ਮਿਲਣੀ ਕੀਤੀ ਸੀ ਉੱਥੇ ਕਿਹਾ ਸੀ ਕਿ ਮੇਰੀ ਕਾਰਵਾਈ ਚੱਲ ਰਹੀ ਹੈ ਇਸ ਵਿੱਚ ਮੈਂ ਪਾਰਟੀ ਦਾ ਨਾਮ ਨਹੀਂ ਦੱਸਣਾ ਜਦੋਂ ਉਹਨਾਂ ਨੇ ਪਾਰਟੀ ਦਾ ਨਾਮ ਦੱਸਤਾ ਜਦੋਂ ਉਹਨੇ ਰਿਜ਼ਾਈਨ ਕਰਤਾ ਤੇ ਉਸ ਤੋਂ ਬਾਅਦ ਖਬਰਾਂ ਚੰਨੀਆਂ ਕਿ ਇਹ ਆਪਣੇ ਭਾਜਪਾ ਨਾਲ ਜਾਣਗੇ ਤੇ ਹੁਣ ਵੀ ਸ਼ਰਯਮ ਕਹਿੰਦੇ ਕਿ ਭਾਜਪਾ ਨਾਲ ਗੱਠਜੋੜ ਹੋਏਗਾ ਹੀ ਹੋਏਗਾ ਤੇ ਹੁਣ ਗੱਲ ਕੀ ਨਿਕਲ ਕੇ ਇਹ ਸੁਖਮੰਦਰ ਸਿੰਘ ਸ਼ਾਇਦ ਇਸ ਪਾਰਟੀ ਨੂੰ ਬਣਾਉਣ ਦੇ ਵਿੱਚ ਮੁਖੀ ਬਣਾਏ ਗਏ ਨੇ ਉਹਨਾਂ ਤੇ ਨਾਮ ਤੇ ਜੋ ਰਜਿਸਟਰਡ ਹੋਣਾ ਸੀਗਾ ਜਾ ਕਿ ਜੋ ਵੀ ਪ੍ਰਕਿਰਿਆ ਚੋਣ ਕਮਿਸ਼ਨ ਦੀ ਹੁੰਦੀ ਹੈ ਉੱਥੇ ਜਦੋਂ ਗਏ ਕਿ ਉਹ ਨਿਕਲ ਕੇ ਆਏ ਕਿ ਉਹਨਾਂ ਤੇ ਧੋਖਾਧੜੀ ਦੇ ਮਾਮਲੇ ਦਰਜ ਨਹੀਂ ਉਹ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਚੋਣ ਕਮਿਸ਼ਨ ਵੱਲੋਂ ਵੀ ਜੇ ਇਤਰਾਜ਼ਤਾਰੀ ਕੋਈ ਜੇ ਇਤਰਾਜ਼ ਨਹੀਂ ਮਿਲਦਾ ਤਾਂ ਫਿਰ ਇਹਨਾਂ ਨੂੰ ਕੋਈ ਚੋਣ ਨਿਸ਼ਾਨ ਅਲਾਟ ਹੋ ਸਕਦਾ ਤੇ ਫਿਰ ਹੋ ਜਾਂਦਾ ਯਾਨੀ ਕਿ ਇੱਕ ਵਾਰੀ ਤੁਸੀਂ ਮੰਨ ਕੇ ਚੱਲੋ ਵੀ ਜੇ ਆਪਾਂ ਨੂੰ ਕੈਪਟਨ ਨੂੰ ਮੇਅਰ ਦੀ ਚੋਣ ਦੇ ਵਿੱਚ ਇੱਕ ਝਟਕਾ ਲੱਗਿਆ ਇੱਥੇ ਕੋ ਰੁਕਾਵਟ ਮੁਸ਼ਕਲ ਤਾਂ ਆਈ ਗਈ ਹੈ ਕੋਈ ਚੋਣਾਂ ਵਿੱਚ ਕੋਡ ਆਫ ਕੰਡਕਟ ਕਦੋਂ ਵੀ ਲੱਗ ਸਕਦਾ ਹੂੰ ਯਾਨੀ ਕਿ ਕਈ ਵਾਰੀ ਉਹਦੇ ਸਿਰ ਤੇ ਹੈ ਕਿ ਕੇਂਦਰ ਦੇ ਸਿਰ ਤੇ ਕਦੋਂ ਕਰਾਉਣੀ ਚੋਣ ਜਾਂ ਕਿਸ ਤਰ੍ਹਾਂ ਇਸ ਕਰਕੇ ਮੁਸ਼ਕਲ ਤਾਂ ਬਣ ਗਈ ਹੈ ਇਹ ਮੁਸ਼ਕਲ ਮੇਬੀ ਹੱਲ ਹੋ ਜੇ ਜੇ ਉਹਨਾਂ ਦਾ ਆਪਣਾ ਕੋਈ ਇਤਰਾਜ਼ ਨਾ ਆਇਆ ਹੂੰ ਤੋਂ ਆਖਰੀ ਸਵਾਲ ਲਿਬਰੇਟ ਜੀ ਜੋ ਮੁਕਤਸਜ ਕੱਲ ਸੁਖਜਿੰਦਰ ਸਿੰਘ ਰੰਧਾਵਾ ਜੀ ਗਏ ਸੀ ਔਰ ਰਾਜਾ ਵੜਿੰਗ ਜੀ ਗਏ ਸੀ ਜੀ ਇਹਨਾਂ ਨੇ ਮਤਲਬ ਕਾਫੀ ਐਕਟਿਵ ਰਹੇ ਨੇ ਦੋਨੋਂ ਹੀ ਨੇਤਾ ਲੇਕਿਨ ਜਿਹੜੇ ਮੰਤਰੀ ਉੱਥੇ ਜਾ ਕੇ ਪ੍ਰਦਰਸ਼ਨਕਾਰੀਆਂ ਨੂੰ ਇਹਨਾਂ ਦੇ ਧਮਕੀ ਪਰੇ ਕੁਝ ਸਵਰ ਸੀਗੇ ਤੇ ਉਹ ਮਤਲਬ ਇਹਨਾਂ ਦੇ ਇਲੈਕਸ਼ਨ ਲਈ ਅੱਗੇ ਹੋ ਸਕਦੇ ਆ ਥੋੜੇ ਕਿ ਮਤਲਬ ਕੁਛ ਨਾ ਕੁਛ ਤਾਂ ਪ੍ਰਭਾਵ डालेंगे ਆ ਐਕਚੁਅਲੀ ਇਹ ਸੀਗਾ ਕਿ ਜਿਵੇਂ ਚੰਡੀਗੜ੍ਹ ਦੇ ਨੇੜਲੇ ਜ਼ਿਲ੍ਹਿਆਂ ਦੇ ਵਿੱਚ ਜਾਂ ਕਿਤੇ ਵੀ ਕਿਸਾਨ ਅੰਦੋਲਨ ਨੇ ਇੱਕ ਸਵਾਲ ਕਰਨ ਦਾ ਇੱਕ ਰਵਾਇਤ ਸ਼ੁਰੂ ਕਰ ਦਿੱਤੀ ਹੈ ਹੁਣ ਕੋਈ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਹੋਇਆ ਕੋਈ ਵੀ ਜਥੇਬੰਦੀ ਦੀ ਕੋਈ ਇੱਕ ਮੰਗ ਹੁੰਦੀ ਹੈ ਉਹ ਕਾਲੇ ਝੰਡੇ ਲੈ ਕੇ ਹਰ ਲੀਡਰ ਦੀ ਗੱਡੀ ਰੋਕਦੇ ਨੇ ਕਿ ਚੋਣਾ ਚਾਉਣਾਂ ਚ ਆਉਣ ਵਾਲੀਆਂ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਇਹ ਮੁਖਸਰ ਸਾਹਿਬ ਦੀ ਗੱਲ ਹੈ ਕਿ ਉੱਥੇ ਐਨ ਐਨ ਆਰ ਐਚ ਐਮ ਦੇ ਹੈਲਥ ਨਾਲ ਜੁੜੇ ਵਰਕਰਾਂ ਦੇ ਸੀਗਾ ਉਹਨਾਂ ਨੇ ਰੋਕ ਲਿਆ ਇਹਨਾਂ ਦੀ ਗੱਡੀ ਨੂੰ ਪਹਿਲਾਂ ਤਾਂ ਗੱਲਬਾਤ ਹੋਈ ਉਹਨਾਂ ਨੇ ਫਿਰ ਜਦੋਂ ਕੋਈ ਇਹਨਾਂ ਦੀ ਤਲਖ ਕਲਾਮੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਮੱਲਾ ਦਾ ਗੁੱਸੇ ਵਿੱਚ ਆ ਕੇ ਕੋਈ ਐਸੀ ਗੱਲਬਾਤ ਹੋਈ ਸੀ ਕਿ ਕੁਝ ਬੰਦਿਆਂ ਨੂੰ ਸਸਪੈਂਡ ਕਰਨ ਦਾ ਵੀ ਆਰਡਰ ਦਿੱਤਾ ਸੀਗਾ ਕਿਤਨਾ ਕਿਤੇ ਇਹ ਗੱਲ ਹੈਗੀ ਐ ਕਿ ਕਿਸਾਨ ਅੰਦੋਲਨ ਦੇ ਦੇ ਰੁਖ ਨੂੰ ਦੇਖ ਕੇ ਹਰ ਜਥੇਬੰਦੀ ਸਵਾਲ ਕਰਨ ਦੀ ਲੋਚ ਰਹੀ ਹੈ ਜੀ ਤੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਿਤਨਾ ਕਿਤੇ ਪੁਰਾਣੇ ਉਸ ਸਿਸਟਮ 'ਚ ਆ ਜਾਂਦੀਆਂ ਕਿਉਂਕਿ ਗੱਲ ਤਾਂ ਕਦੀ ਸੁਣਨੀ ਨਹੀਂ ਹੁੰਦੀ ਹੁਣ ਤਾਂ ਮਜਬੂਰੀ ਹੈ ਹੂੰ ਚੋਣਾਂ ਨੇੜੇ ਨੇ ਕਿਸਾਨ ਅੰਦੋਲਨ ਦਾ ਪ੍ਰਭਾਵ ਹੋ ਗਿਆ ਕਿਉਂਕਿ ਹਰੇਕ ਜਿਹੜੀ ਲੋਕ ਉੱਠ ਖੜੇ ਨੇ ਵੀ ਸਾਡੀ ਗੱਲ ਕਰੋ ਪਰ ਉਹਨਾਂ ਨੂੰ ਲੱਗਦਾ ਵੀ ਦੋ ਤਿੰਨ ਉਹਨਾਂ ਨੂੰ ਸਸਪੈਂਡ ਵੀ ਕਰਦੇ ਜਿਹੜੇ ਅੱਗੇ ਹੋ ਕੇ ਗੱਲ ਕਰ ਰਹੇ ਸੀਗੇ ਤੇ ਗਾਂ ਮੈਨੂੰ ਲੱਗਦਾ ਉਹਨਾਂ ਦੀ ਗੱਲ ਰੁਕ ਵੀ ਜਾਵੇ ਪਰ ਕਿਤੇ ਨਾ ਕਿਤੇ ਠਰਮੇ ਨਾ ਗੱਲ ਕਰਨ ਦੀ ਲੋੜ ਸੀ ਉਪ ਮੁੱਖ ਮੰਤਰੀ ਨੇ ਉਹ ਇੱਕ ਮੰਤਰੀ ਨੇ ਪਰ ਕਈ ਵਾਰੀ ਉਗਰ ਹੋ ਜਾਂਦੇ ਤਾਂ ਮੰਤਰੀ ਨੇ ਵੀ ਕਿਹਾ ਹੈ ਕਿ ਇਹ ਕਿਹੋ ਜਿਹਾ ਤਰੀਕਾ ਹੈ ਗੱਲ ਕਰਨ ਦਾ ਜੇ ਮੰਤਰੀ ਲੈਵਲ 'ਤੇ ਤੁਸੀਂ ਹੋ ਹਾਂ ਹਾਲਾਂਕਿ ਆਪਣੇ ਰਾਜਾ ਵਿੜਿੰਗ ਦੀ ਗੱਲ ਕਰੀਏ ਉਹ ਬਹੁਤ ਜਗ੍ਹਾ ਆਪਣੇ ਸਾਹਮਣੇ ਜਾ ਕੇ ਪ੍ਰਦਰਸ਼ਨ ਕਰ ਇਹਨਾਂ ਗੱਲ ਕਰਦੇ ਰਹੇ ਨੇ ਤੇ ਉਹ ਤੁਸੀਂ ਦੇਖਿਆ ਹੋਣਾ ਜਿਹੜੀ ਉਹ ਵੀਡੀਓ ਜਿਹੜੀ ਜਾਰੀ ਹੋਈ ਹੈ ਅ ਵੜਿੰਗ ਅੱਗੇ ਨੇ ਪਿੱਛੇ ਸੁਖਿੰਦ ਸੁਜੀਤ ਸਿੰਘ ਭਰਾਵਾ ਉਹ ਬਾਅਦ ਚ ਆਉਂਦੇ ਨੇ ਜੀ ਜਦੋਂ ਉਹ ਹੁੰਦੇ ਨੇ ਉਹ ਫਿਰ ਬਾਅਦ ਚ ਆ ਕੇ ਗੁੱਸੇ ਹੁੰਦੇ ਨੇ ਵੀ ਤੂੰ ਕੌਣ ਕਾਫੀ ਤਲਕ ਕਲਾਮੀ ਹੁੰਦੀ ਹੈ ਤੇ ਫਿਰ ਉਹ ਕਹਿੰਦੇ ਨੇ ਇਹਨਾਂ ਨੂੰ ਸਸਪੈਂਡ ਕਰ ਦਿਓ ਜਿਹੜੇ ਹੈਗੇ ਨੇ ਪਰ ਉੱਥੇ ਇਹ ਕਿ ਕਾਂਗਰਸ ਨੂੰ ਇਸ ਟਾਈਮ ਬਚ ਬਚਾ ਕੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਜਿਵੇਂ ਛਵੀ ਬਦਲ ਦੇ ਵਿੱਚ ਚੰਨੀ ਲੱਗੇ ਹੋਣੇ ਹੁਣ ਜੇ ਆਪਾਂ ਪਟਿਆਲੇ ਦੀ ਘਟਨਾ ਇੱਕ ਹੋਰ ਕਰਦੇ ਆ ਮੈਂ ਐਡ ਕਰਦੇ ਆ ਹੁਣ ਉਹ ਪਟਿਆਲੇ ਯੂਨੀਵਰਸਿਟੀ ਜਾਂਦੇ ਨੇ ਸੀਐਮ ਮੁੱਖ ਮੰਤਰੀ ਨਾਲ ਨੇ ਹੁਣ ਦਿਆਲਪੁਰਾ ਜਿਹੜਾ ਇਹਨਾਂ ਦੇ ਐਮਐਲਏ ਸਾਹਿਬ ਨੇ ਉਹ ਸ਼ਰਿਆਮ ਕੀ ਤਲਖਲਾਮੀ ਕਰਦੇ ਨੇ ਵੀਸੀ ਨਾਲ ਵਾਈਸ ਚਾਂਸਲਰ ਨਾਲ ਉਪਕੁਲਪਤੀ ਨਾਲ ਵੀ ਦਾ ਆਰਐਸਐਸ ਦਾ ਬੰਦਾ ਹੈ ਪਰ ਉੱਥੇ ਗੁੱਸੇ ਤਾਂ ਚੰਨੀ ਸਾਹਿਬ ਵੀ ਹੋ ਗਏ ਉਹਨੇ ਚੁੱਪ ਕਰਕੇ ਉਹਨੂੰ ਬਿਠਾਇਆ ਵੀ ਕਿੰਨੇ ਕਿਤੇ ਸਬਰ ਦੀ ਲੋੜ ਹੈ ਤੇ ਜ਼ਬਰ ਦੀ ਲੋੜ ਤੇ ਲਿਬਰਟੀ ਜੀ ਬਿਲਕੁਲ ਹੈਗੀ ਹੈ ਕਿਉਂਕਿ ਸੁਖਵੀਰ ਬਾਦਲ ਨੇ ਇਹ ਕਹਿ দেয়া ਹੈ ਕਿ ਹੁਣ ਤਾਂ ਕਾਂਗਰਸ ਦੀ ਜੋ ਵੋਟਾਂ ਹੈ ਉਹ ਘਟਣ ਵਾਲੀਆਂ ਨੇ ਕਿਉਂਕਿ ਕੈਪਟਨ ਨੇ ਜਦੋਂ ਦੇ ਕਾਂਗਰਸ ਤੋਂ ਕਿਨਾਰਾ ਕਰ ਗਏ ਨੇ ਉਦੋਂ ਬਾਅਦ ਤੋਂ ਕਾਂਗਰਸ ਦੀਆਂ ਜੋ ਵੋਟਾਂ ਹੈ ਉਹ ਹਾਂ ਜੜੀ ਡਿਵਾਈਡ ਹੋ ਜਾਣਗੀਆਂ ਵੰਡੀਆਂ ਜਾਣਗੀਆਂ ਕਿਉਂਕਿ ਕੈਪਟਨ ਦੇ ਤਾਂ ਆਪਾਂ ਫਿਰ ਮੈਂ ਤੁਹਾਨੂੰ ਜਿਵੇਂ ਗੱਲ ਐਡ ਕਰਨੀ ਪੈਣੀ ਹੈ ਕਿ ਜੇ ਉਹ ਤੁਸੀਂ ਮੰਨ ਲਓ 36 ਪਏ ਸੱਤਾ ਦੇ ਹੱਕ ਚ ਤੇ 25 ਪਈਆਂ ਕਾਂਗਰਸ ਯਾਨੀ ਕਿ ਕੈਪਟਨ ਦੇ ਹੱਕ ਚ ਕਿਤਨਾ ਕੱਚੇ ਤੁਸੀਂ ਦੇਖੋ 50% ਤੋਂ ਘੱਟ ਹੀ ਸੀ 40% ਦਾ ਦਬਦਬਾ ਰੱਖਦੇ ਨੇ ਨਾ ਕੈਪਟਨ ਤੇ ਇਹ ਹੋ ਸਕਦਾ ਹੈ ਸਾਰੇ ਪੰਜਾਬ ਚ ਇਸ ਤਰ੍ਹਾਂ ਹੀ ਹੋਵੇ ਹਜੇ ਜਦੋਂ ਨਾ ਯਾਨੀ ਕਿ ਆਪਣੀ ਮੰਡ ਹੋਣੀ ਹੈ ਟਿਕਟਾਂ ਦੀ ਉਦੋਂ ਬੜਾ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਜਦੋਂ ਪਾਰਟੀ ਦਾ ਨਾਮ ਰਜਿਸਟਰ ਹੋ ਗਿਆ ਉਦੋਂ ਬੜਾ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਹਰ ਸਿਆਸੀ ਧਿਰ ਨੂੰ ਬਚ ਬਚਾ ਕੇ ਚੱਲਣ ਦੀ ਮੈਨੂੰ ਲੱਗਦਾ ਵੀ ਜ਼ਰੂਰਤ ਹੁੰਦੀ ਹੈ ਤੇ ਖਾਸ ਕਰਕੇ ਇਸੇ ਮਾਹੌਲ ਦੇ ਵਿੱਚ ਕਿ ਜਦੋਂ ਕਾਂਗਰਸ ਬਹੁਤ ਹੀ ਵੱਟੇ ਤੇ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਹਜੇ ਉਤੇ ਅਮਲ ਨਹੀਂ ਹੋਇਆ ਤੇ ਜਿਸ ਤੇ ਲਗਾਤਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਖੁਦ ਵੀ ਸਵਾਲ ਉਠਾ ਰਹੇ ਨੇ ਜੀ ਤੇ ਜਿਹੜਾ ਕਿ ਲਿਬਰੇਟ ਜੀ ਨੇ ਹੁਣੇ ਸਾਨੂੰ ਦੱਸਿਆ ਕਿ ਕਾਂਗਰਸ ਨੂੰ ਵੀ ਲੋੜ ਹੈ ਕਿ ਥੋੜਾ ਸੰਭਲ ਕੇ ਚਲੇ ਤੇ ਉਹ ਬਾਕੀ ਜਿਹੜੀ ਪਾਰਟੀਆਂ ਆ ਉਹ ਵੀ ਥੋੜਾ ਥੋੜਾ ਸੰਭਲ ਕੇ ਚੱਲਣ। ਬਾਕੀ ਅੱਜ ਦਾ ਜੋ ਖਾਸ ਖਬਰਾਂ ਸੀਗੀਆਂ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਖਬਰਦਾਰਪਣ ਤੇ ਤੇ ਅੱਜ ਫਿਲਹਾਲ ਇੰਨਾ ਹੀ ਬਾਕੀ ਹੋਰ ਆਪਾਂ ਇਹੋ ਜਿਹੀਆਂ ਚਰਚਾਵਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਜੇ ਤੁਹਾਨੂੰ ਸਾਡੀਆਂ ਚਰਚਾਵਾਂ ਵਧੀਆ ਲੱਗਦੀਆਂ ਹੋਣ ਤਾਂ ਸਾਡੇ ਚੈਨਲ ਨੂੰ ਲਾਈਕ ਕਰੇ ਸਬਸਕ੍ਰਾਈਬ ਕਰੇ ਤੇ ਸ਼ੇਅਰ ਕਰੇ।